ਆਲਟੋ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਨਸ਼ਾ ਤਸਕਰਾਂ ਤੇ ਨਕੇਲ ਕੱਸਣ ਦੀ ਮੁਹਿੰਮ ਤਹਿਤ ਅੱਜ ਜਲੰਧਰ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਜਲੰਧਰ ਪੁਲਿਸ ਕਮਿਸ਼ਨਰ ਗੁਰਸਰਨ ਸਿੰਘ ਸੰਧੂ ਦੀ ਅਗਵਾਈ ਹੇਠ ਅੱਜ ਜਲੰਧਰ ਪੁਲਿਸ ਨੇ ਕਾਜੀ ਮੰਡੀ ਸੁਰਨ ਕੇ ਰੇਲਵੇ ਸਟੇਸ਼ਨ ਦੇ ਨਾਲ ਨਾਲ ਜਿੱਥੇ ਜਿੱਥੇ ਨਸ਼ਿਆਂ ਦੀ ਤਸਕਰੀ ਹੁੰਦੀ ਹੈ ਉਸ ਇਲਾਕਿਆਂ ਵਿੱਚ ਭਾਰੀ ਪੁਲਿਸ ਸਮੇਤ ਰੇਡ ਕੀਤੀ ਅਤੇ ਆਉਣ ਜਾਣ ਵਾਲੇ ਵਾਹਨਾਂ ਦੀ ਵੀ ਚੈਕਿੰਗ ਕੀਤੀ। ਨਸ਼ਾ ਤਸਕਰਾਂ ਖਿਲਾਫ਼ ਇਹ ਮੁਹਿੰਮ ਭਵਿੱਖ ਵਿੱਚ ਇਸੇ ਤਰ੍ਹਾਂ ਜਾਰੀ ਰੱਖੀ ਜਾਵੇਗੀ। ਆਮ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਅਤੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ। ਆਓ ਦੇਖਦੇ ਹਾਂ ਇੱਕ ਰਿਪੋਰਟ। ਇਹ ਬੇਸਿਕਲੀ ਮਾਨਯੋਗ CP ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ਾਂ ਦੇ ਹੇਠ ਅਸੀਂ ਅੱਜ ਕਾਸੋ ਆਪਰੇਸ਼ਨ ਕੀਤਾ ਕਾਜ਼ੀ ਮੰਡੀ ਦਾ। ਇਹ ਬੇਸਿਕਲੀ ਸਰਕਾਰ ਦਾ ਵੀ ਸਾਡਾ ਵੀ ਇਹ ਮੁਹਿੰਮ ਚੱਲਦੀ ਪਈ ਕਿ ਜਿਹੜਾ ਡਰੱਗ ਦਾ ਅਬਿਊਜ਼ ਹੈ ਜਾਂ ਡਰੱਗਸ ਵਿਰੋਧੀ ਅਸੀਂ ਕੰਮ ਕਰ ਰਹੇ ਉਹਦੇ ਤਹਿਤ ਇੱਦਾਂ ਦੇ ਜਿਹੜੇ ਆਪਰੇਸ਼ਨ ਉਹ ਅੱਜ ਜਿਵੇਂ ਕਿ ਕਾਜ਼ੀ ਮੰਡੀ 'ਚ ਅਸੀਂ ਚਲਾਇਆ, ਲਾਈਕ ਵਾਈਜ਼ ਅਸੀਂ ਅੱਗੇ ਇਹ ਕੰਟੀਨਿਊ ਕਰਨਾ ਹੈ। ਐਂਡ ਇਸ ਤੋਂ ਇਲਾਵਾ 26 ਤਰੀਕ ਨੂੰ ਇੰਟਰਨੈਸ਼ਨਲ ਐਂਟੀ ਡਰੱਗ ਐਂਡ ਐਂਟੀ ਟ੍ਰੈਫਿਕਿੰਗ ਡਰੱਗ ਟ੍ਰੈਫਿਕਿੰਗ ਡੇ ਆ ਰਿਹਾ, ਉਹਨੂੰ ਵੀ ਅਸੀਂ ਸੈਲੀਬ੍ਰੇਟ ਕਰਦੇ ਪਏ। ਉਹਦੇ ਵਿੱਚ ਅਸੀਂ ਇੱਕ ਸਾਈਕਲੋਥਾਨ ਦਾ ਇਹ ਔਰਗਨਾਈਜ਼ ਕਰ ਰਹੇ ਜਿਹਦੇ ਵਿੱਚ ਅਸੀਂ ਪੂਰੀ ਸ਼ਹਿਰ ਦੇ ਵਿੱਚ ਮਤਲਬ ਸਾਈਕਲ ਰੈਲੀ ਕੱਢ ਰਹੇ, ਸੋ ਦੈਟ ਜਿਹੜੇ ਵੀ ਲੋਕ ਹੈ ਉਹਨਾਂ ਨੂੰ ਅਸੀਂ ਸਾਥ ਰਲ ਕੇ ਇਹ ਮੈਸੇਜ ਦਈਏ ਕਿ ਜਿਹੜੀ ਡਰੱਗ ਹੈ ਕੋਈ ਚੰਗੀ ਚੀਜ਼ ਨਹੀਂ ਹੈ, ਇਹਨੂੰ ਛੱਡਣਾ ਹੈ। ਤਾਂ ਇਹ ਅਸੀਂ ਕਰਦੇ ਪਏ। ਬਾਕੀ ਸਾਡਾ ਇਹ ਵੀ ਹੈ ਕਿ ਜਿੰਨੇ ਵੀ ਸਾਰੇ ਸਟੇਕ ਹੋਲਡਰਸ ਹੈ, ਸਿਵਲ ਐਡਮਿਨਿਸਟ੍ਰੇਸ਼ਨ ਹੈ, ਪੁਲਿਸ ਹੈ, STF ਹੈ, ਈਵਨ ਪੋਲੀਟੀਕਲ ਫੰਕਸ਼ਨਰੀਜ਼ ਹੈ, ਸਿਵਲ ਸੁਸਾਇਟੀ ਹੈ, ਸਾਰਿਆਂ ਨੂੰ ਰਲ ਮਿਲ ਕੇ ਜਿਹੜੇ ਨਸ਼ੇ ਦੀ ਲੱਤ ਹੈ ਇਹਨੂੰ ਅਸੀਂ ਇੱਥੋਂ ਜ਼ਿਲ੍ਹੇ 'ਚੋਂ ਵੀ ਪੰਜਾਬ 'ਚੋਂ ਵੀ ਕੱਢਣਾ ਹੈ। ਇਹਦੇ ਵਿੱਚ ਸਾਡੇ ਕਰੀਬ 10 ਜੀਓ ਰੈਂਕ ਦੇ ਅਫਸਰ ਸੀਗੇ ਐਂਡ ਉਹਦੇ ਵਿੱਚ ਜਿਹੜੀ ਫੋਰਸ ਸਾਡੀ ਕਰੀਬਨ 400 ਦੇ ਲਾਗੇ ਛਾਗੇ ਸੀਗੀ। 200 ਜਿਹੜੇ ਬੰਦੇ ਸੀਗੇ ਸਰਚ ਪਾਰਟੀਜ਼ ਅਸੀਂ ਬਣਾਈਆਂ ਸੀਗੀਆਂ ਜੋ ਸਰਚ ਕਰ ਰਹੇ ਸੀਗੇ ਐਂਡ 200 ਬੰਦੇ ਨਾਕਿਆਂ ਦੇ ਉੱਤੇ ਡਿਪਲੋਇਡ ਸੀਗੇ। ਹਾਂ ਬਿਲਕੁਲ, ਇਹ ਕਲੀਅਰ ਡਾਇਰੈਕਸ਼ਨਸ ਹੈਗੀਆਂ। ਅਸੀਂ ਸਪੋਟਸ ਆਈਡੈਂਟੀਫਾਈ ਕਰ ਲਈਏ ਕਿ ਪਹਿਲੇ ਜਲੰਧਰ ਦੇ ਵਿੱਚ ਕਿਤੇ ਕਿਤੇ ਥੋੜ੍ਹੀ ਜਿਹੀ ਸ਼ਿਕਾਇਤ ਸਾਨੂੰ ਆ ਰਹੀ ਹੈ ਐਂਡ ਇਹ ਸਬਸਕੁਐਂਟਲੀ ਉੱਥੇ ਵੀ ਚੱਲੂਗਾ। ਕਦੋਂ ਸ਼ਿਕਾਇਤ ਕੋਈ ਕਰਦਾ ਉਹ ਡਰਦਾ ਪਿਆ ਵਾ, ਹਾਂ ਵੀ ਆਪਾਂ ਸ਼ਿਕਾਇਤ ਕਰਦੇ ਹਾਂ ਚਾਹੇ ਸਾਡਾ ਨਾਮ ਵੀ ਸਾਹਮਣੇ ਆ ਜਾਂਦਾ ਹੈ? ਨਹੀਂ, ਦੇਖੋ ਸਾਡੇ ਕੋਲ ਬਹੁਤ ਸਾਰੀ ਆਉਂਦੀਆਂ ਚਿੱਠੀਆਂ, ਕੋਈ ਕੋਈ ਬੇਨਾਮ ਵੀ ਸੀ ਹੁੰਦੀ ਹੈ, ਪਰ ਜਿਹਦੇ ਵਿੱਚ ਜਿਹੜੇ ਕੋਈ ਡਿਟੇਲਸ ਹੁੰਦੇ ਅਸੀਂ ਉਹਦੇ 'ਤੇ ਡੈਫੀਨੇਟਲੀ ਵਰਕਆਊਟ ਕਰਦੇ ਹੈ। ਐਂਡ ਜਦੋਂ ਵੀ ਸਾਡੇ ਕੋਲ ਵੈਸੇ ਕੋਈ ਆ ਜਾਂਦਾ ਅਸੀਂ ਵੈਸੇ ਪੁੱਛ ਲੈਂਦੇ ਹੈ, ਤਾਂ ਸਾਰੇ ਕੋਲ ਬਹੁਤ ਸਾਰੇ ਸੋਰਸਿਸ ਰਾਹੀਂ ਚੀਜ਼ਾਂ ਆ ਜਾਂਦੀ ਹੈ, ਪਤਾ ਲੱਗ ਜਾਂਦਾ ਹੈ। ਮੈਂ ਹੁਣ ਅਸੀਂ ਉਹ ਅਸੀਂ ਰਿਟਰੀਟ ਕਰ ਰਹੇ ਹਾਂ, ਹੁਣ ਉਹ ਥੋੜ੍ਹੀ ਦੇਰ 'ਚ ਪਤਾ ਚੱਲ ਜੂਗਾ ਜਦੋਂ ਸਾਰਾ ਪ੍ਰੋਸੈਸ ਕੰਪਲੀਟ ਹੋ ਜੂਗਾ। ਜੇ ਕੁਛ ਹੁੰਦਾ ਹੈ ਤਾਂ ਅਸੀਂ ਮੀਡੀਆ ਨੂੰ ਕਨਵੇ ਕਰ ਦਿਆਂਗੇ। ਸਰਚ ਕੀਤੀ ਗਈ ਹੈ ਤੜਕੇ 5 ਵਜੇ ਦੇ ਕੀ 'ਚ? ਇਹ ਜਿਹੜੀ ਅਸੀਂ ਡਰੱਗਸ ਨੂੰ ਮੁੱਖ ਰੱਖਦੇ ਜਿਹੜੀ ਆ ਇਹ ਸਰਚ ਕੀਤੀ ਆ। ਔਰ ਮੈਂ ਇਹ ਦੱਸਣਾ ਚਾਹੁੰਦਾ ਕਿ 26 ਤਰੀਕ ਨੂੰ ਅਸੀਂ ਇੱਕ ਸਾਈਕਲ ਰੈਲੀ ਕੱਢ ਰਹੇ ਹਾਂ ਡਰੱਗਸ ਦੇ ਸੰਬੰਧ 'ਚ, ਤਾਂ ਲੋਕਾਂ ਨੂੰ ਅਵੇਅਰਨੈਸ ਲਈ। ਉਹਦੇ ਵਿੱਚ ਜਿਹੜਾ ਅਸੀਂ ਪੁਲਿਸ ਲਾਈਨ ਤੋਂ 5:30 ਵਜੇ ਦੇ ਕਰੀਬ ਜਿਹੜੀ ਸਾਈਕਲ ਰੈਲੀ ਕੱਢਾਂਗੇ, ਉਹਦੇ 'ਚ ਜੋ ਵੀ ਵਿਅਕਤੀ ਜਿਹੜੇ ਪਾਰਟੀਸਪੇਟ ਕਰਨਾ ਚਾਹੁੰਦੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਆ। ਇਹ ਸਾਈਕਲ ਰੈਲੀ ਜੋਤੀ ਚੌਂਕ ਤੋਂ ਹੁੰਦੇ ਹੋਏ ਕੰਪਨੀ ਬਾਗ, ਨਕੋਦਰ ਚੌਂਕ, ਗੁਰੂ ਨਾਨਕ ਮਿਸ਼ਨ ਚੌਂਕ ਤੋਂ ਹੁੰਦੇ ਹੋਏ ਵਾਪਸ ਜਿਹੜੀ ਹੈਗੀ ਆ ਪੁਲਿਸ ਲਾਈਨ ਆ ਕੇ ਸਮਾਪਤ ਹੋਵੇਗੀ। ਜਿਹੜਾ ਅਸੀਂ ਪੂਰਾ ਸੂਰਿਆ ਇਨਕਲੇਵ ਦੇ ਵਿੱਚ ਜਿੰਨੇ ਵੀ ਮੁਹੱਲੇ ਸੀਗੇ ਅਸੀਂ ਉਹਨਾਂ ਦੀ ਜਿਹੜੇ ਸਰਚ ਕਰਵਾਈ ਆ, ਔਰ ਜਿਹੜੇ ਬੈਡ ਐਲੀਮੈਂਟਸ ਹੈਗੇ ਜਾਂ ਸਸਪੀਸ਼ੀਅਸ ਪਰਸਨ ਕੁਛ ਉਹਨਾਂ ਤੋਂ ਵੀ ਅਸੀਂ ਪੁੱਛਗਿੱਛ ਕਰ ਰਹੇ ਹਾਂ।